ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਫੈਸਲਾ ਲਿਆ ਦਲੇਰੀ ਵਾਲਾ ਫੈਸਲਾ ਲਿਆ ਭ੍ਰਿਸ਼ਟਾਚਾਰ ਦੇ ਖਿਲਾਫ ਲਿਆ ਲੋਕਾਂ ਨੇ ਜਿੱਥੇ ਦਾ ਸਵਾਗਤ ਕਰਿਆ ਆਮ ਆਦਮੀ ਪਾਰਟੀ ਦੇ ਇੱਕ ਵੀ ਐਮਐਲਏ ਇਕੱਲਾ ਫਰੀਦਕੋਟ ਵਾਲਾ ਸੇਖੋਂ ਬੰਦਾ ਪਹਿਲਾਂ ਵੀ ਬੋਲਦਾ ਕੱਲ੍ਹ ਫੇਰ ਬੋਲਿਆ ਬਾਕੀ ਸਾਰੇ ਬੰਦੀ ਸੌਗੇ ਸੁਸਰੀ ਵਾਂਗੂ 90 ਤਾਂ ਪਤਾ ਹੀ ਨਹੀਂ ਲੱਗਿਆ ਪੰਜਾਬ ਦੇ ਦੋ ਮੰਤਰੀ ਮੀਤ ਹੇਰ ਹਰਜੋਤ ਬੈਂਸ ਜਿਨ੍ਹਾਂ ਨੂੰ ਦਿੱਲੀ ਦੇ ਬਲੂ ਆਈਡ ਬாய் ਕਿਹਾ ਜਾਂਦਾ ਕਿ ਬਹੁਤ ਦਿੱਲੀ ਦੇ ਨੇੜੇ ਆ ਹਰ ਗੱਲ ਤੇ ਟਵੀਟ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਡਾ ਤਕੜਾ ਫੈਸਲਾ ਲਿਆ ਹੋਵੇ ਤੇ ਉਹਨਾਂ ਦੇ ਟਵੀਟ ਹੀ ਨਹੀਂ ਆਉਂਦੇ ਹਰਪਾਲ ਚੀਮਾ ਜਦੋਂ ਵਿਰੋਧੀ ਧਿਰ ਚ ਸੀਗੇ ਬਹੁਤ ਸੋਹਣੇ ਢੰਗ ਨਾਲ ਇਹ ਮੁੱਦੇ ਚੱਕਿਆ ਸੀ ਇਹਨਾਂ ਨੇ ਪਲਾਟਾਂ ਵਾਲਾ ਮੁੱਦਾ ਸੀ ਜਿਹੜਾ ਪਰ ਇਸ ਮੁੱਦੇ ਦੇ ਉੱਤੇ ਕੁਝ ਵੀ ਦੱਸਦੇ ਹੀ ਨਹੀਂ ਕਿਤੇ ਉਹਨਾਂ ਦੇ ਵਿਰੋਧੀ ਤਾਂ ਸਵਾਸ਼ੇ ਦੇ ਰਹੇ ਆ ਬਾਜਵਾ ਸਾਹਿਬ ਸ਼ਾਬਾਸ਼ੇ ਦੇ ਰਹੇ ਆ ਵੀ ਵਧੀਆ ਹੋਰ ਲੋਕ ਕਹਿ ਰਹੇ ਆ ਵੀ ਬਹੁਤ ਵਧੀਆ ਤੇ ਉਹਨਾਂ ਦੀ ਆਪਦੀ ਪਾਰਟੀ ਦੇਖੋ ਐ ਸੁਸਰੀ ਵਾਂਗੂ ਸੁੱਤੀ ਪਈ ਐ ਮੂਸੇ ਵਾਲੇ ਦਾ ਇੱਕ ਗੀਤ ਆਉਂਦਾ ਸਕੇਪਗੋਰ ਸੀ ਸ਼ਾਇਦ ਸਕੇਪਗੋਰ ਆਉਂਦਾ ਆਮ ਆਦਮੀ ਪਾਰਟੀ ਦਾ ਐਮਐਲਏ ਤੋਂ ਲੈ ਕੇ ਵਰਕਰ ਤੱਕ ਹਰ ਬੰਦਾ ਜੁੜੇ ਜਾਂਦਾ ਵੀ ਵਿਰੋਧ ਕਰੋ ਜੀ ਮੂਸੇ ਵਾਲੇ ਦਾ ਵਿਰੋਧ ਕਰੋ ਮੂਸੇ ਵਾਲੇ ਦਾ ਵਿਰੋਧ ਕਰੋ ਜਜਮਾ ਵਿਰੋਧ ਕਰਿਆ ਸੀ ਇਸੇ ਆਮ ਆਦਮੀ ਪਾਰਟੀ ਨੇ ਤੇ ਆਪਦੇ ਮੁੱਖ ਮੰਤਰੀ ਦੇ ਫੈਸਲੇ ਦੇ ਉੱਤੇ ਇਹ ਸੁਸਰੀਆਂ ਨੂੰ ਸੁੱਤੇ ਪਏ ਹੈ ਗੱਲ ਇੰਨੀ ਕਾ ਕੀ ਤੁਹਾਡੀ ਵਫਾਦਾਰੀ ਪੰਜਾਬ ਨੂੰ ਛੱਡ ਕੇ ਤੁਹਾਡੀ ਦਿੱਲੀ ਵਾਲੀ ਪਾਰਟੀ ਦੀ ਯੂਨਿਟ ਦੇ ਲਈ ਆ ਸਾਡਾ ਸੀਐਮ ਕਿਸੇ ਵੀ ਮਹੀਨੇ ਚੋ ਦਿੱਲੀ ਦੇ ਸੀਐਮ ਨੂੰ ਵੱਡਾ ਕੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਕੱਲਾ ਛੱਡ ਤਾ ਕੀ ਆਮ ਆਦਮੀ ਪਾਰਟੀ ਦੇ ਐਮ ਐਲ اے ਗੱਲ ਭੁੱਲ ਗਏ ਇਹ ਸਰਕਾਰ ਕਿਹਦੇ ਕਰਕੇ ਬਣੀ ਜਿੱਥੇ ਤੁਹਾਡੇ ਕੋਲੇ ਭਗਵੰਤ ਮਾਨ ਨਹੀਂ ਸੀ ਗੁਜਰਾਤ ਚ ਕੀ ਕਰ ਲਿਆ ਕਿੰਨੀਆਂ ਸੀਟਾਂ ਆਈਆਂ ਜਿੰਨਾ ਵਾਰ ਕੇਜਰੀਵਾਲ ਨੇ ਲਿਖ ਕੇ ਦਿੱਤਾ ਸੀ ਕਿੱਧਰ ਕੇ ਦਾਵੇ ਨਿਕਲਿਆ ਕੋਸਾ ਪੱਲੇ ਨਿਕਲੇ ਕਿਉਂ ਪੰਜਾਬ ਚ ਪੱਲੇ ਪਿਆ ਤੁਹਾਡੇ ਕੋਲੇ ਭਗਵੰਤ ਮਾਨ ਸੀ ਕੀ ਦਿੱਕਤ ਕੀ ਹੋ ਸਕਦਾ ਇਹ ਫਿਰ ਐਮ ਐਲ اے ਚੁੱਪ ਕਿਉਂ ਹੋ ਸਕਦਾ ਵੀ ਦਿੱਲੀ ਦਾ ਇਸ਼ਾਰਾ ਨਾ ਆਇਆ ਹੋਵੇ ਦਿੱਲੀ ਵਾਲੇ ਜਦੋਂ ਕਹਿੰਦੇ ਆ ਉਦੋਂ ਇਹ ਟਵੀਟ ਕਰਨ ਲੱਗ ਜਾਂਦੇ ਆ ਕਹਤਾ ਹੋਗਾ ਵੀ ਭਗਵੰਤ ਮਾਨ ਨੂੰ ਇਕੱਲੇ ਛੱਡ ਦਿਓ ਕੋਈ ਗੱਲ ਨਹੀਂ ਪਹਿਲਾਂ ਪੀਸੀਐਸ ਅਧਿਕਾਰੀ ਖਿਲਾਫ ਕਰਾਂਗੇ ਫਿਰ ਹੋਰ ਹੋ ਜਾਣਗੇ ਫਿਰ ਬਹਾਨਾ ਜਾ ਮਿਲ ਜੂਗਾ ਅਸੀਂ ਆਪਿਆਂ ਨਾਲ ਢੇੜ ਲੈਨੇ ਆ ਲੜ ਲੈਨੇ ਆ ਪਰ ਕੱਲਾ ਨਹੀਂ ਛੱਡਦੇ ਜੇ ਭਗਵੰਤ ਮਾਨ ਨੂੰ ਉਹਨਾਂ ਦੇ ਐਮਐਲਏ ਵੀ ਕਦੇ ਇਹ ਸੋਚਦੇ ਆ ਨਾ ਵੀ ਭਗਵੰਤ ਮਾਨ ਨੂੰ ਇਹ ਜੀਆਂ ਗੱਲਾਂ ਦਾ ਬਹਾਨਾ ਬਣਾ ਕੇ ਕੋਈ ਦਿੱਲੀ ਜਾਂ ਉਹਨਾਂ ਦੀ ਪਾਰਟੀ ਕਦੇ ਲਾਦੂਗੀ ਵੀ ਇਹਨਾਂ ਦੇ ਤਾਂ ਪੀਸੀਐਸ ਅਧਿਕਾਰੀ ਨਹੀਂ ਸੁਣਦੇ ਆਈਐਸ ਅਧਿਕਾਰੀ ਨਹੀਂ ਇਹਦੀ ਸੁਣਦੇ ਲੋਕ ਨਹੀਂ ਲੈਣ ਦਿੰਦੇ ਤਾਂ ਹੁਣ ਲੋਕ ਤਾਂ ਪਿੰਡਾਂ ਵਾਲੇ ਇਹੀ ਕਹਣਗੇ ਵੀ ਭਗਵੰਤ ਮਾਨ ਨੂੰ ਵੀ ਬੱਲਿਆ ਆ ਕੰਮ ਤਾਂ ਸੂਤ ਆ ਭਰਾਵਾ ਨਾਲ ਤਾਂ ਤੇਰੀ ਆ ਪਰ ਤੂੰ ਵੀ ਕਦੇ-ਕਦੇ ਨਾ ਦਿੱਲੀ ਦਾ ਬਾੜਾ ਮੂੰਹ ਕਰ ਦਨ ਨਾ ਪੰਜਾਬ ਦਾ ਬਣ ਕੇ ਰਹੇਗਾ ਤਾਂ ਪੰਜਾਬੀ ਵੀ ਤੇਰੇ ਬਣ ਕੇ ਰਹਿਣਗੇ ਤੁਸੀਂ ਜੁੜੇ ਹੋਇਓ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ਦੀਪ ਕੱਲ ਪੰਜਾਬ ਦੇ ਸਾਰੇ ਪੀਸੀਐਸ ਅਧਿਕਾਰੀਆਂ ਨੂੰ ਆਪਦੀ ਛੁੱਟੀ ਤੋਂ ਵਾਪਸ ਹੋਣਾ ਪੈ ਗਿਆ ਕਿਉਂਕਿ ਭਗਵੰਤ ਮਾਨ ਨੇ ਕਹਿਤਾ ਵੀ ਜਾਂ ਤਾਂ 2 ਵਜੇ ਤੱਕ ਵਾਪਸ ਆਜੋ ਨਹੀਂ ਭਾਈ ਸਸਪੈਂਡ ਕਰੂੰਗਾ ਇਸ ਸਾਰਾ ਮਸਲਾ ਕੀ ਹੈ ਭਾਈ ਨਵਰੀਤ ਤੋਂ ਸਮਝਦੇ ਆ ਸਵਾਗਤ ਆ ਬਾਈ ਬਹੁਤ ਬਹੁਤ ਧੰਨਵਾਦ ਆ ਦਰਸ਼ਕ ਮਸਲਾ ਕਾਫੀ ਲੋਕਾਂ ਨੂੰ ਪਤਾ ਜਿਨ੍ਹਾਂ ਨੂੰ ਨਹੀਂ ਉਹਨੂੰ ਬਹੁਤ ਦੇਸੀ ਭਾਸ਼ਾ ਚ ਸਮਝਾ ਦਿੰਨੇ ਆ ਪੀਸੀਐਸ ਅਧਿਕਾਰੀ ਇਕੱਠੇ ਹੋ ਕੇ ਛੁੱਟੀ ਤੇ ਜਾਵੜੇ ਉਹ ਕਹਿੰਦੇ ਵੀ ਜਿਹੜਾ ਸਾਡਾ ਬੰਦਾ ਫੜਿਆ ਇਹਨੂੰ ਸਹੀ ਢੰਗ ਨਾਲ ਨਹੀਂ ਫੜਿਆ ਗਿਆ ਜਿਹੜੇ ਮਤਲਬ ਨਿਜਮ ਹੁੰਦੇ ਆ ਜਿਹੜੇ ਰੂਲ ਆ ਉਹਨਾਂ ਮੁਤਾਬਕ ਨਹੀਂ ਫੜਿਆ ਗਿਆ ਇਸ ਗੱਲ ਨੂੰ ਲੈ ਕੇ ਦੇਖੋ ਪੀਸੀਐਸ ਅਧਿਕਾਰੀ ਅਵਦਾ ਪੱਖ ਰੱਖ ਸਕਦੇ ਆ ਉਹ ਬੰਦਾ ਵੀ ਰੱਖ ਸਕਦਾ ਜਿਹਨੂੰ ਗ੍ਰਿਫਤਾਰ ਕੀਤਾ ਵਿਜੀਲੈਂਸ ਵੀ ਕੋਈ ਇਹੋ ਜੀ ਗੱਲ ਨਹੀਂ ਵੀ ਪੰਜਾਬ ਦੇ ਵਿੱਚ ਬਾਲੀ ਹੀ ਕੋਈ ਇਹੋ ਜੀ ਸੰਸਥਾ ਹੈ ਜਿਹਦੇ ਅੱਖਾਂ ਬੰਦ ਕਰਕੇ ਯਕੀਨ ਕਰ ਲਗੇ ਸਰਕਾਰ ਬਦਲਣ ਦੀ ਧੇਰ ਹੁੰਦੀ ਹੈ ਵਿਜੀਲੈਂਸ ਵਾਲਿਆਂ ਦਾ ਵੀ ਸਾਰਾ ਸਿਸਟਮ ਹੀ ਚੇਂਜ ਹੋ ਜਾਂਦਾ ਪਰ ਆਪਾਂ ਇਸ ਕੇਸ 'ਚ ਆਉਣੇ ਆ ਕਿ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਉਹਦਾ ਪੱਖ ਰੱਖਿਆ ਜਾਣਾ ਚਾਹੀਦਾ ਸੀ ਪਰ ਉਹਦੇ ਬਦਲੇ ਸਮੂਹਕ ਛੁੱਟੀ ਤੇ ਚਲੇ ਗਏ ਅਧਿਕਾਰੀ ਕਿ ਭਾਈ ਅਸੀਂ ਤਾਂ ਕੰਮ ਨਹੀਂ ਕਰਦੇ ਮੁੱਖ ਮੰਤਰੀ ਨੇ ਇਹਨੂੰ ਐਂ ਲਿਆ ਕਿ ਇੱਕ ਤਰ੍ਹਾਂ ਦੀ ਇਹ ਧਮਕੀ ਆ ਮੋٹے ਤੌਰ ਤੇ ਜਿੰਨੀ ਕੁ ਮੇਰੀ ਸਮਝ ਆ ਮੈਨੂੰ ਵੀ ਇਹ ਧਮਕੀ ਹੀ ਲੱਗੀ ਕਿ ਯਾਰ ਰਸਤਾ ਕੰਮ ਨਹੀਂ ਕਰਦੇ ਫਿਰ ਜੇ ਤੁਸੀਂ ਐਂ ਚੱਲੋਗੇ ਕੀ ਕਿਸੇ ਨੂੰ ਭ੍ਰਸ਼ਟਾਚਾਰ ਚ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਪਰ ਕੀ ਇੱਕ ਅਧਿਕਾਰੀ ਇਹਦਾ ਪੱਖ ਨਹੀਂ ਰੱਖ ਸਕਦਾ ਬਿਲਕੁਲ ਰੱਖਣਾ ਚਾਹੀਦਾ ਤੇ ਰੱਖ ਸਕਦਾ ਕਾਨੂੰਨ ਉਹਨੂੰ ਅਧਿਕਾਰ ਦਿੰਦਾ ਕੋਈ ਨਹੀਂ ਖੋ ਸਕਦਾ ਆਪਾਂ ਨੂੰ ਯਾਦ ਹੋਊਗਾ ਆਪਾਂ ਵੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕ ਮੁੰਡਾ ਜਦੋਂ ਗ੍ਰਿਫਤਾਰ ਹੋਇਆ ਆਪਾਂ ਜਾ ਕੇ ਉਹਦੇ ਪਿੰਡ ਰਿਪੋਰਟ ਕਰਕੇ ਆਏ ਆ ਕਿਉਂਕਿ ਸਾਨੂੰ ਉਹ ਤਾਂ ਯਕੀਨ ਸੀ ਇਸੇ ਤਰ੍ਹਾਂ ਵਿਜੀਲੈਂਸ ਕੋਈ ਪੰਜਾਬ ਦੀ ਇਹ ਤਾਂ ਗੱਲ ਹੈ ਨਹੀਂ ਨਾ ਵੀ ਕੋਈ ਬਾਲੀ ਦੁੱਧ ਧੋਤੀ ਆ ਇਹਨਾਂ ਤੇ ਵੀ ਸਮੇਂ-ਸਮੇਂ ਤੇ ਬਹੁਤ ਇਲਜ਼ਾਮ ਲੱਗੇ ਆ ਸਰਕਾਰ ਬਦਲਣ ਤੋਂ ਬਾਅਦ ਇਹਨਾਂ ਦਾ ਪੂਰਾ ਵਿਵਹਾਰ ਬਦਲ ਜਾਂਦਾ ਪਰ ਆਪਾਂ ਇਸ ਕੇਸ ਦੀ ਗੱਲ ਕਰਦੇ ਆਂ ਪੱਖ ਰੱਖਣ ਦੀ ਥਾਂ ਤੇ ਸਦਹਕਾਰੀ ਕੰਮ ਛੱਡ ਕੇ ਹਟ ਕੇ ਵੀ ਜਾ ਰਹੀ ਸੀ ਮੈਸੇਜ ਕੀ ਗਿਆ ਲੋਕਾਂ 'ਚ ਮੈਸੇਜ ਇਹ ਗਿਆ ਕਿ ਯਰ ਅਧਿਕਾਰੀ ਇੱਕ ਤਰ੍ਹਾਂ ਧਮਕੀ ਦੇ ਰਹੇ ਆ ਵੀ ਜੇ ਤੁਸੀਂ ਸਾਡੇ ਕਿਸੇ ਬੇਈਮਾਨ ਨੂੰ ਫੜਿਆ ਅਸੀਂ ਫਿਰ ਸਰਕਾਰ ਦਾ ਕੰਮ ਨਹੀਂ ਚੱਲਣ ਦਿੰਦੇ ਭਾਵੇਂ ਪੀਸੀਐਸ ਅਧਿਕਾਰੀਆਂ ਦੀ ਨੀਅਤ ਕੋਈ ਹੋਰ ਹੋਵੇ ਲੋਕਾਂ 'ਚ ਇਹ ਗਿਆ ਜੀ ਉਹ ਤੋਂ ਬਾਅਦ ਮੁੱਖ ਮੰਤਰੀ ਚੇਤਾਵਨੀ ਦਿੰਦੇ ਆ ਵੀ ਬਾਈ ਕੰਮ ਤੇ ਆਜੋ ਬੰਦੇ ਬਣ ਕੇ ਨਹੀਂ ਫਿਰ ਮੈਂ ਸਾਰਿਆਂ ਨੂੰ ਸਸਪੈਂਡ ਕਰੂੰਗਾ ਨੌਕਰੀ ਨਵੇਂ ਸਿਰਾਂ ਸ਼ੁਰੂ ਹੋਊਗੀ ਸਨੀਓਰਿਟੀ ਦੁਬਾਰੇ ਸਟਾਰਟ ਹੋ ਜੂ ਤੁਹਾਡੀ ਜੀਤੋ ਬਾ ਸਾਰੇ ਵਾਪਸ ਆ ਗਏ ਵੱਡਾ ਕਦਮ ਸੀ ਦਲੇਰੀ ਵਾਲਾ ਫੈਸਲਾ ਸੀ ਖੇਤ ਪਿੰਡਾਂ ਵਾਲੀ ਬੋਲੀ ਚ ਕਹਿੰਦਾ ਮਰਦਾਂ ਵਾਲੀ ਗੱਲ ਕਰੀ ਐ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਮੁੱਖ ਮੰਤਰੀ ਨੇ ਪਰ ਲੋਕਾਂ ਨੇ ਜਿੱਥੇ ਦਾ ਸਵਾਗਤ ਕਰਿਆ ਆਮ ਆਦਮੀ ਪਾਰਟੀ ਦੇ ਇੱਕ ਵੀ ਐਮਐਲਏ ਕੱਲਾ ਫਰੀਦਕੋਟ ਵਾਲਾ ਸੇਖੋਂ ਐਮਐਲਏ ਜਿਹੜੇ ਸੇਖੋਂ ਸਾਹਿਬ ਆ ਬੰਦਾ ਪਹਿਲਾਂ ਵੀ ਬੋਲਦਾ ਕੱਲ ਫੇਰ ਬੋਲਿਆ ਬਾਕੀ ਸਾਰੇ ਬੰਦੀ ਸੌਂਗੇ ਸੂਸਰੀ ਵਾਂਗੂ 90 ਤਾਂ ਪਤਾ ਹੀ ਨਹੀਂ ਲੱਗਿਆ ਮੇਰਾ ਵੀ ਇਹੀ ਸਵਾਲ ਸੀ ਵੀ ਬਾਕੀ ਬੰਦੋ ਜਿਹੜੇ ਐਮਐਲਏ ਸੀਗੇ ਉਹਨਾਂ ਨੂੰ ਪਸੰਦ ਨਹੀਂ ਆ ਇਹਨਾਂ ਦਾ ਫੈਸਲਾ ਹੈ ਜਾਂ ਗੱਲ ਜਿਹੜੀ ਇਹਨੇ ਆਖੀ ਗੱਲ ਤਾਂ ਅਰਸ਼ ਹੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਫੈਸਲਾ ਲਿਆ ਦਲੇਰੀ ਵਾਲਾ ਫੈਸਲਾ ਲਿਆ ਭ੍ਰਿਸ਼ਟਾਚਾਰ ਦੇ ਖਿਲਾਫ ਲਿਆ ਉਹ ਦਿੱਲੀ ਦਾ ਕੋਈ ਮਤਲਬ ਮੁੱਖ ਮੰਤਰੀ ਛਿੱਕ ਮਾਰ ਦੇ ਤਾਂ ਤੁਹਾਨੂੰ ਬਿੱਤਾ ਪੈ ਜਾਂਦੀ ਹੈ ਤੁਸੀਂ ਟਵੀਟ ਤੇ ਕਰੀ ਜਾਂਦੇ ਹੋ ਫੇਸਬੁੱਕ ਭਰ ਦਿੰਦੇ ਹੋ ਸਾਡੇ ਮੁੱਖ ਮੰਤਰੀ ਦੇ ਕੀੜੇ ਪਏ ਆ ਕਿ ਤੁਹਾਡੀ ਵਫਾਦਾਰੀ ਪੰਜਾਬ ਨੂੰ ਹੈ ਹੀ ਨਹੀਂ ਲੈ ਕੇ ਪੰਜਾਬ ਦੇ ਦੋ ਮੰਤਰੀ ਮੀਤ ਹੇਰ ਹਰਜੋਤ ਬੈਂਸ ਜਿਨ੍ਹਾਂ ਨੂੰ ਦਿੱਲੀ ਦੇ ਬਲੂ ਆਈਡ ਬாய் ਕਿਹਾ ਜਾਂਦਾ ਹੈ ਕਿ ਬਹੁਤ ਦਿੱਲੀ ਦੇ ਨੇੜੇ ਆ ਹਰ ਗੱਲ ਤੇ ਟਵੀਟ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਡਾ ਤਕੜਾ ਫੈਸਲਾ ਲਿਆ ਹੋਵੇ ਤੇ ਉਹਨਾਂ ਦੇ ਟਵੀਟ ਹੀ ਨਹੀਂ ਆਉਂਦੇ ਉਹਨਾਂ ਦੇ ਮਾਫ ਕਰਨਾ ਮੈਂ ਫੇਸਬੁੱਕ ਵੱਧ ਚੈੱਕ ਕਰਦਾ ਫੇਸਬੁੱਕ ਤੇ ਉਹਨਾਂ ਨੇ ਕੁਝ ਵੀ ਨਹੀਂ ਲਿਖਿਆ ਕਿਉਂ ਭਾਈ ਕੀ ਉਦੋਂ ਹੀ ਬੋਲਦੇ ਆ ਜਦੋਂ ਦਿੱਲੀ ਤੋਂ ਕੋਈ ਆ ਜਾਂਦੇ ਆ ਨਿਰਦੇਸ਼ ਇਹ 90 ਇੱਕ ਨੂੰ ਮੈਂ ਤਾਂ ਛੱਡਿਆ ਕਿਉਂਕਿ ਗੁਰਦੇਤ ਸੇਖ ਨੂੰ ਇਸ ਕਰਕੇ ਛੱਡ ਰਿਹਾ ਉਹ ਬੰਦਾ ਪਹਿਲਾਂ ਵੀ ਬੋਲਦਾ ਅੱਜ ਵੀ ਬੋਲਦਾ ਜਿਹੜਾ ਸਹੀ ਬੋਲੂਗਾ ਉਹ ਸਹੀ ਨੂੰ ਸਹੀ ਵੀ ਕਹਿਣਾ ਚਾਹੀਦਾ ਭਗਵਾਨ ਤਮਾਨ ਨੇ ਜੇ ਇਸ ਸਰਕਾਰ 'ਚ ਕੋਈ ਚੰਗਾ ਫੈਸਲਾ ਲਿਆ ਹੈ ਕੀ ਅਸੀਂ ਹਰ ਗੱਲ ਦੇ ਉੱਤੇ ਉਹਨਾਂ ਦੇ ਵਿਰੋਧੀ ਤਾਂ ਸ਼ਾਬਾਸ਼ੇ ਦੇ ਰਹੇ ਆ ਬਾਜਵਾ ਸਾਹਿਬ ਸ਼ਾਬਾਸ਼ੇ ਦੇ ਰਹੇ ਆ ਬੀ ਵਧੀਆ ਹੋਰ ਲੋਕ ਕਹਿ ਰਹੇ ਆ ਵੀ ਬਹੁਤ ਵਧੀਆ ਤੇ ਉਹਨਾਂ ਦੀ ਆਪਦੀ ਪਾਰਟੀ ਦੇਖੋ ਐ ਸੋਸਰੀ ਵਾਂਗੂ ਸੁੱਤੀ ਪਈ ਐ ਹਰਪਾਲ ਚੀਮਾ ਜਦੋਂ ਵਿਰੋਧੀ ਧਿਰ ਚ ਸੀਗੇ ਬਹੁਤ ਸੋਹਣੇ ਢੰਗ ਨਾਲ ਇਹ ਮੁੱਦੇ ਚੱਕਿਆ ਸੀ ਇਹਨਾਂ ਨੇ ਪਲਾਟਾਂ ਵਾਲਾ ਮੁੱਦਾ ਸੀ ਜਿਹੜਾ ਪਰ ਇਸ ਮੁੱਦੇ ਦੇ ਉੱਤੇ ਕੁਝ ਵੀ ਨਹੀਂ ਦੱਸਦੇ ਹੀ ਨਹੀਂ ਕਿਤੇ ਕੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੱਲਾ ਛੱਡਤਾ ਸਵਾਲ ਮੇਰੇ ਉਹੀ ਹੈ ਮੈਂ ਅੱਜ ਤੜਕੇ ਬਾਈ ਜਗਤਾਰ ਭੁੱਲਰ ਦੀ ਇੰਟਰਵਿਊ ਸੁਣ ਰਿਹਾ ਸੀ ਇਹੀ ਗੱਲਾਂ ਉਹਨਾਂ ਨੇ ਕਰੀਆਂ ਜਿਹੜੀਆਂ ਮੇਰੇ ਮੂੰਹ 'ਚ ਸੀ ਉਹਨਾਂ ਨੇ ਪਹਿਲਾਂ ਕਹਿਤੀਆਂ ਪਰ ਸਾਨੂੰ ਵੀ ਕਹਿਣੀ ਆ ਚਾਹੀਦੀ ਆ ਸਭ ਨੂੰ ਕਹਿਣੀ ਆ ਚਾਹੀਦੀ ਆ ਅਰਸ਼ ਕੀ ਪੰਜਾਬ ਦੇ ਸੀਐਮ ਨੂੰ ਪੰਜਾਬ ਦੇ ਐਮਐਲਏ ਜਿਹੜੇ ਅਸੀਂ ਚੁਣੇ ਆ ਯਾਰ ਤੇ ਚੁਣੇ ਵੀ ਇਸ ਕਰਕੇ ਆ ਕਿਉਂਕਿ ਭਗਵੰਤ ਮਾਨ ਦਾ ਮੂੰਹ ਸੀ ਮੂਰੇ ਜਿੱਥੇ ਤੁਹਾਡੇ ਕੋਲੇ ਭਗਵੰਤ ਮਾਨ ਨਹੀਂ ਸੀ ਗੁਜਰਾਤ 'ਚ ਕੀ ਕਰ ਲਿਆ ਕਿੰਨੀਆਂ ਸੀਟਾਂ ਆਈਆਂ ਕਾਦੇ ਤੇ ਬਹਿ ਕੇ ਜਾਣਗੇ ਜਿਹੜੇ ਕਾਂਗਰਸੀ ਤੇ ਅਕਾਲੀਆਂ ਨੂੰ ਛੱਡਾਂ ਕਰਦੇ ਸੀ ਤੇ ਆਪ ਉੱਥੇ ਕਾਦੇ ਤੇ ਬਹਿ ਕੇ ਜਾਣਗੇ ਜਿੰਨਾ ਵਾਰੇ ਕੇਜਰੀਵਾਲ ਨੇ ਲਿਖ ਕੇ ਦਿੱਤਾ ਸੀ ਕਿੱਧਰ ਗਏ ਦਾਵੇ ਨਿਕਲਿਆ ਕੁਸ ਪੱਲੇ ਨਿਕਲਿਆ ਕਿਉਂ ਪੰਜਾਬ ਚ ਪੱਲੇ ਪਿਆ ਤੁਹਾਡੇ ਕੋਲੇ ਭਗਵੰਤ ਮਾਨ ਸੀ ਦਿੱਲੀ ਨਾ ਪੰਜਾਬ ਦਾ ਆਹੀ ਸੁਭਾ ਨਹੀਂ ਸਮਝ ਪਾ ਰਹੇ ਪਾਉਂਦੀ ਅਸੀਂ ਆਪਦਿਆਂ ਨਾਲ ਢੇੜ ਲੈਨੇ ਆ ਲੜ ਲੈਨੇ ਆ ਪਰ ਕੱਲਾ ਨਹੀਂ ਛੱਡਦੇ ਜੇ ਭਗਵੰਤ ਮਾਨ ਨੂੰ ਉਹਨਾਂ ਦੇ ਐਮਐਲਏ ਵੀ ਕਦੇ ਇਹ ਸੋਚਦੇ ਆ ਨਾ ਵੀ ਭਗਵਾਨ ਤਮਨ ਨੂੰ ਇਹ ਜੀਆਂ ਗੱਲਾਂ ਦਾ ਬਹਾਨਾ ਬਣਾ ਕੇ ਕੋਈ ਦਿੱਲੀ ਜਾਂ ਉਹਨਾਂ ਦੀ ਪਾਰਟੀ ਕਦੇ ਲਾਹੂਗੀ ਵੀ ਇਹਨਾਂ ਦੇ ਤਾਂ ਪੀਸੀ ਅਧਿਕਾਰੀ ਨਹੀਂ ਸੁਣਦੇ ਆਈਐਸ ਅਧਿਕਾਰੀ ਨਹੀਂ ਇਹਦੀ ਸੁਣਦੇ ਲੋਕ ਨਹੀਂ ਲੈਣ ਦਿੰਦੇ ਭਰਾ ਭਰਾਵਾਂ ਦੇ ਬਾਕੀ ਸਾਰੀ ਕਹਾਵਤ ਆਪਾਂ ਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਕੀ ਕੋ ਚੱਲਦਾ ਉਹਨੂੰ ਲੋਕ ਹੋਰ ਪਾਸੇ ਨਾ ਲੈ ਜਾਣ ਪਰ ਗੱਲ ਅਰਸ਼ ਇੱਥੇ ਆ ਕਿ ਪੰਜਾਬ ਦੇ ਐਮਐਲਏਜ਼ ਨੂੰ ਕੀ ਹੋ ਗਿਆ ਕੀ ਭਗਵਾਨ ਤਮਨ ਦੇ ਖਿਲਾਫ ਉਹਨਾਂ ਨੂੰ ਲਾਉਣ ਦੇ ਲਈ ਕੋਈ ਬਹਾਨਾ ਬਣਾਇਆ ਜਾ ਰਿਹਾ ਹੈ ਕੋਈ ਭੂਮਿਕਾ ਬੰਨੀ ਜਾ ਰਹੀ ਹੈ ਮੁੱਖ ਮੰਤਰੀ ਦਾ ਗੁਨਾਹ ਕੀ ਸੀ ਤੇ ਪੰਜਾਬ ਦੇ ਮੰਤਰੀਆਂ ਨੇ ਕਿਉਂ ਜਵਾੜੇ ਜੁੜ ਗਏ ਕਿ ਠੰਡ ਵੜੀ ਹੈ ਚੰਡੀਗੜ੍ਹ ਚ ਧੂਣੀਆਂ ਬਾਲ ਕੇ ਨਿੱਘੇ ਕਰ ਦਿੰਨੇ ਆ ਫਿਰ ਐਮਐਲਏ ਵੀ ਸੀਐਮ ਦੇ ਨਾਲ ਦੀ ਨਜ਼ਰ ਆਉਂਦੇ ਉਤੋਂ ਉਹਨਾਂ ਦੇ ਅਧਿਕਾਰੀਆਂ ਨੂੰ ਵੀ ਇਹ ਗੱਲ ਤੋਂ ਬਾਅਦ ਆਪਦੇ ਖਿਲਾਫ ਤਾਂ ਕਰ ਹੀ ਲਿਆ ਇੱਕ ਹਿਸਾਬ ਦਾ ਹੁਣ ਬਿਲਕੁਲ ਬਿਲਕੁਲ ਖਿਲਾਫ ਹੋਇਆ ਉਹ ਵੀ ਖਿਲਾਫ ਹੋਇਆ ਮੂਸੇ ਵਾਲੇ ਦਾ ਇੱਕ ਗੀਤ ਆਉਂਦਾ ਸਕੇਪਗੋਰ ਸੀ ਸ਼ਾਇਦ ਹਾਂਜੀ ਸਕੇਪਗੋਰ ਆਉਂਦਾ ਆਮ ਆਦਮੀ ਪਾਰਟੀ ਦਾ ਐਮਐਲਏ ਤੋਂ ਲੈ ਕੇ ਵਰਕਰ ਤੱਕ ਹਰ ਬੰਦਾ ਜੁੜੇ ਜਾਂਦਾ ਵੀ ਵਿਰੋਧ ਕਰੋ ਜੀ ਮੂਸੇ ਵਾਲੇ ਦਾ ਵਿਰੋਧ ਕਰੋ ਮੂਸੇ ਵਾਲੇ ਦਾ ਵਿਰੋਧ ਕਰੋ ਐਸਵਾਈਐਲ ਨਹੀਂ ਪਹਿਲਾਂ ਸਕੇਪ ਕੋਟ ਤੇ ਵੀ ਕਰਿਆ ਜਦੋਂ ਉਹਨੇ ਲੋਕਾਂ ਦੀ ਗੱਲ કરી ਸੀ ਸੱਚੀ ਗੱਲ ਸੀ ਉਹ 'ਚ ਵੀ ਕੋਈ ਝੂਠ ਨਹੀਂ ਸੀ ਜਜਮਾ ਵਿਰੋਧ ਕਰਿਆ ਸੀ ਇਸੇ ਆਮ ਆਦਮੀ ਪਾਰਟੀ ਨੇ ਤੇ ਆਪਦੇ ਮੁੱਖ ਮੰਤਰੀ ਦੇ ਫੈਸਲੇ ਦੇ ਉੱਤੇ ਇਹ ਸੁਸਰੀ ਵਾਂਗੂ ਸੁੱਤੇ ਪਏ ਆ ਕਿਉਂ ਬਈ ਗੱਲ ਇੰਨੀ ਕਾ ਕੀ ਥੋੜੀ ਵਫਾਦਾਰੀ ਪੰਜਾਬ ਨੂੰ ਛੱਡ ਕੇ ਥੋੜੀ ਦਿੱਲੀ ਵਾਲੀ ਪਾਰਟੀ ਦੀ ਯੂਨਿਟ ਦੇਖਣ ਲਈ ਆ ਸਾਡਾ ਸੀਐਮ ਕਿਸੇ ਵੀ ਮਹੀਨੇ ਚੋ ਦਿੱਲੀ ਦੇ ਸੀਐਮ ਨਾਲੋਂ ਵੱਡਾ ਜਿਹੜੇ ਮਰਜ਼ੀ ਮਹੀਨੇ ਤੋਲ ਲਓ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਕੀ ਆਮ ਆਦਮੀ ਪਾਰਟੀ ਦੇ ਐਮਐਲਏ ਗੱਲ ਭੁੱਲ ਗਏ ਇਹ ਸਰਕਾਰ ਕਿਹਦੇ ਕਰਕੇ ਬਣੀ ਆ ਤਾਂ ਇਹ ਇਹ ਮੁੱਦੇ ਦੇ ਉੱਤੇ ਗੱਲ ਇੰਨੀ ਕਾ ਜਿਹੜੀ ਅਸੀਂ ਠਾਉਣੀ ਸੀ ਵੀ ਐਮਐਲਏ ਕਿਉਂ ਚੁੱਪਾ ਐ ਸਾਰੇ ਮਸਲੇ ਦੇ ਉੱਤੇ ਜਦ ਕਿ ਲੋਕ ਖੁੱਲ ਕੇ ਭਗਵੰਤ ਮਾਨ ਦੀ ਇਸ ਗੱਦੇ ਤੇ ਵਾਵਾ ਕਰ ਰਹੇ ਆ ਜੀ ਕੀ ਦਿੱਕਤ ਕੀ ਹੋ ਸਕਦੀ ਹੈ ਫਿਰ ਐਮਐਲਏ ਚੁੱਪ ਕਿਉਂ ਆ ਚੁੱਪ ਤਾਂ ਉਹਨਾਂ ਕੀ ਨਾ ਅਰਸ਼ ਹੋ ਸਕਦਾ ਵੀ ਦਿੱਲੀ ਦਾ ਇਸ਼ਾਰਾ ਨਾ ਆਇਆ ਹੋਵੇ ਦਿੱਲੀ ਵਾਲੇ ਜਦੋਂ ਕਹਿੰਦੇ ਆ ਉਦੋਂ ਇਹ ਟਵੀਟ ਕਰਨ ਲੱਗ ਜਾਂਦੇ ਆ ਕਹੇਤਾ ਹੋਊਗਾ ਵੀ ਭਗਵੰਤ ਮਾਨ ਨੂੰ ਕੱਲੇ ਛੱਡ ਦਿਓ ਕੋਈ ਗੱਲ ਨਹੀਂ ਪਹਿਲਾਂ ਪੀਸੀਐਸ ਅਧਿਕਾਰੀ ਖਿਲਾਫ ਕਰਾਂਗੇ ਫਿਰ ਹੋਰ ਹੋ ਜਾਣਗੇ ਫਿਰ ਬਹਾਨਾ ਜਾ ਮਿਲ ਜੂਗਾ ਅਧਿਕਾਰੀ ਛੁੱਟੀ ਦੇ ਸੀ ਦਿੱਕਤ ਤਾਂ ਪੰਜਾਬ ਦੇ ਲੋਕਾਂ ਨੂੰ ਸੀ ਨਾ ਦਿੱਲੀ ਵਾਲਿਆਂ ਨੂੰ ਥੋੜੀ ਸੀ ਤੇ ਫਿਰ ਇਹਨਾਂ ਦੇ ਖਾਲੀ ਕਿਉਂ ਪਏ ਆ ਇਹ ਜਵਾਬ ਤਾਂ ਹੁਣੇ ਹੀ ਦੇਣਗੇ ਪਰ ਜਿੱਥੋਂ ਤੱਕ ਪੀਸੀਐਸ ਦੀ ਗੱਲ ਆ ਬਹੁਤ ਲੋਕ ਕਹਿੰਦੇ ਆ ਵੀ ਪੀਸੀਐਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰੀ ਆ ਅਰਸ਼ ਮੈਂ ਬਹੁਤ ਲੋਕਾਂ ਨੂੰ ਜਾਣਦਾ ਇਹ ਪੀਸੀਐਸ ਅਧਿਕਾਰੀਆਂ ਦੇ ਖਿਲਾਫ ਜਮੇ ਕਾਰਵਾਈ ਨਹੀਂ ਹੈ ਇਹ ਬੇਈਮਾਨਾਂ ਦੇ ਖਿਲਾਫ ਕਾਰਵਾਈ ਆ ਤੇ ਜੇ ਉਹਨਾਂ ਚੋਂ ਕੋਈ ਬੇਈਮਾਨ ਨਹੀਂ ਹੈਗਾ ਉਹਨੂੰ ਆਪਦਾ ਪੱਖ ਰੱਖਣਾ ਚਾਹੀਦਾ ਮੈਂ ਬਹੁਤ ਪੀਸੀਐਸ ਅਧਿਕਾਰੀਆਂ ਨੂੰ ਨਿੱਜੀ ਤੌਰ ਤੇ ਵੀ ਜਾਣਦਾ ਜਿਹੜੇ ਬੇਹਦ ਇਮਾਨਦਾਰ ਆ ਆਪਦੀ ਤਨਖਾਹ ਦੇ ਸਿਰ ਤੇ ਉਹ ਗੁਜ਼ਾਰਾ ਕਰਦੇ ਆ ਪਰ ਉਹਨਾਂ ਕੋਲੇ ਅੱਜ ਮੌਕਾ ਹੈ ਸਰਕਾਰ ਨੇ ਪੰਜਾਬ ਦੇ ਸਾਰੇ ਪੀਸੀਐਸ ਅਧਿਕਾਰੀਆਂ ਨੂੰ ਇੱਕ ਮੌਕਾ ਦਿੱਤਾ ਵੀ ਬਾਈ ਹੁਣ ਤੁਸੀਂ ਵੀ ਸਰਕਾਰ ਨੂੰ ਨਾ ਕਰੋ ਮੰਤਰੀ ਦਾ ਟੂਰ ਹੁੰਦਾ ਤੇ ਖਰਚਾ ਪਤਾ ਕਿਹਦੇ ਸਿਰ ਤੇ ਪਾਇਆ ਜਾਂਦਾ ਪੀਸੀਐਸ ਅਧਿਕਾਰੀ ਦੇ ਉੱਤੇ ਪੀਸੀਐਸ ਅਧਿਕਾਰੀ ਤਾਂ ਛੱਡੋ ਕਿਸੇ ਐਮਐਲਏ ਨੇ ਟਾਈਲਾਂ ਇੰਟਰਲੌਕ ਟਾਈਲਾਂ ਲਵਾਉਣੀਆਂ ਹੁਣ ਆ ਸਾਡੇ ਇੱਧਰਲੇ ਏਰੀਏ ਦੇ ਵਿੱਚ ਇੱਕ ਐਮਐਲਏ ਖਾਸੇ ਮਸ਼ਹੂਰ ਹੋਇਆ ਇਸ ਗੱਲ ਤੇ ਵੀ ਟਾਈਲਾਂ ਲਵਾਉਣੀਆਂ ਸੀਗੀਆਂ ਤੇ ਫੋਨ ਐਸਐਚਓ ਨੂੰ ਕਰਤਾ ਵੀ ਘਰੇ ਟਾਈਲਾਂ ਲਵਾਈ ਇਹ ਐਸਐਚਓ ਕੋਲੇ ਵੀ ਮੌਕਾ ਹੈ ਇਹ ਮੁਨਸੀ ਕੋਲੇ ਵੀ ਮੌਕਾ ਹੈ ਇਹ ਪੰਜਾਬ ਦੇ ਪੀਸੀਐਸ ਅਧਿਕਾਰੀਆਂ ਕੋਲੇ ਵੀ ਮੌਕਾ ਹੈ ਵੀ ਯਾਰ ਤੁਸੀਂ ਜਵਾਬ ਦਿਓ ਜਿਹੜੇ ਗਲਤ ਕੰਮ ਕਰਨ ਨੂੰ ਇਹ ਤੁਹਾਨੂੰ ਕਹਿੰਦੇ ਆ ਮੈਂ ਐਸੇ ਲੋਕਾਂ ਨੂੰ ਪੀਸੀਐਸ ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਨਾ ਲੈ ਸਕਦਾ ਲੋੜ ਪੈਣ ਤੇ ਜਿਹੜਿਆਂ ਨੇ ਮੰਤਰੀਆਂ ਦੇ ਗੇੜਿਆਂ ਵੇਲੇ ਇਹ ਨਹੀਂ ਕਿ ਐਸੇ ਸਰਕਾਰ ਵੇਲੇ ਪਹਿਲਾਂ ਸਰਕਾਰਾਂ ਵੇਲੇ ਵੀ ਚੰਬਲਿਆ ਤਾਂ ਕੰਮ ਤਾਂ ਉਹ ਤਾਂ ਫਿਰ ਹੈ ਹੀ ਆ ਵੀ ਭਗਵਾਨ ਤਮਾਨ ਨੇ ਆ ਕੇ ਛੋੜੀ ਸਾਰਾ ਸਾਰਾ ਖਰਾਬ ਕਰਤਾ ਹਾਂ ਇਹ ਚੋ ਸਾਹਮਣੇ ਸੀ ਰਿਹਾ ਕਈ ਗੱਲਾਂ ਚ ਜਿੱਥੇ ਸਾਹਮਣੇ ਦੀ ਕੋਸ਼ਿਸ਼ ਕਰਦਾ ਉੱਥੇ ਨਾਲ ਖੜਦੇ ਹੁਣ ਪੰਜਾਬ ਦੇ ਇਹ ਜੇ ਪੀਸੀਐਸ ਵੀ ਹੈਗੇ ਆ ਜਿਹੜੇ ਇਮਾਨਦਾਰ ਹੈ ਤਨਖਾਹ ਚੋ ਵੀ ਪੈਸੇ ਪਾ ਕੇ ਮੰਤਰੀਆਂ ਦੇ ਟੂਰ ਸਪான்ਸਰ ਕਰਦੇ ਰਹੇ ਕਿਉਂ ਕਰਦੇ ਰਹੇ ਦਿਓ ਜਵਾਬ ਬਾਈ ਸਾਰਿਆਂ ਨੂੰ ਤੁਸੀਂ ਨੌਕਰੀ ਕਰਨੀ ਆ ਤੁਸੀਂ ਲੋਕਾਂ ਪ੍ਰਤੀ ਜਵਾਬ ਦੇ ਹੋ ਕੀ ਪੰਜਾਬ ਦੇ ਐਮਐਲਏ ਜਾਂ ਮੰਤਰੀ ਲੋਕਾਂ ਤੋਂ ਵੱਡੇ ਆ ਭਾਰਤ ਦੇ ਸੰਵਿਧਾਨ ਤੋਂ ਵੱਡੇ ਆ। ਐਸੀ ਤਰ੍ਹਾਂ ਕੋਈ ਗੱਲ ਨਹੀਂ। ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਸਹੀ ਫੈਸਲਾ ਮੁੱਖ ਮੰਤਰੀ ਦਾ। ਹਾਂ ਜੇ ਪੀਸੀਐਸ ਅਧਿਕਾਰੀਆਂ ਨੂੰ ਲੱਗਦਾ ਕਿ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਆਵਦੀ ਗੱਲ ਕਹਿਣ ਦਾ ਉਹ ਬਿਲਕੁਲ ਮੀਡੀਆ ਦੇ ਵਿੱਚ ਆ ਕੇ ਆਵਦੀ ਗੱਲ ਕਰਨ ਕਿ ਸਾਡਾ ਇਹ ਬੰਦਾ ਸਹੀ ਆ। ਲੋਕਾਂ ਦੇ ਵਿੱਚ ਮੈਸੇਜ ਜਾਊ। ਹੁਣ ਤਾਂ ਲੋਕਾਂ 'ਚ ਇਹ ਮੈਸੇਜ ਗਿਆ ਵੀ ਮੁੱਖ ਮੰਤਰੀ ਰਿਸ਼ਵਤ ਦੇ ਖਿਲਾਫ ਲੜ ਰਹੇ ਸੀ ਤੇ ਕੁਝ ਉਹਨਾਂ ਦੇ ਰਾਹ ਦੇ ਵਿੱਚ ਰੋੜੇ ਬਣ ਰਹੇ ਸੀ। ਓਵਰঅল ਸਹਿਮਤ ਤਾਂ ਤੁਸੀਂ ਮੰਤਰੀ ਦੇ ਫੈਸਲੇ ਨਾਲ ਸੀਐਮ ਦੇ ਫੈਸਲੇ ਨਾਲ ਦੇਖੋ ਸੀਐਮ ਦੇ ਫੈਸਲੇ ਦੇ ਨਾਲ ਅਰਸ਼ ਮੇਰਾ ਸਹਿਮਤ ਹੋਣਾ ਉਹਨਾਂ ਜ਼ਰੂਰੀ ਨਹੀਂ ਜਿੰਨਾ ਇਹ ਕਹਿਣਾ ਕਿ ਕੀ ਪੰਜਾਬ ਦਾ ਸੀਐਮ ਇੰਨਾ ਕੱਲਾ ਕਿ ਉਹਦੇ ਫੈਸਲੇ ਦੇ ਉੱਤੇ ਉਹਦੇ ਐਮਐਲਏ ਵੀ ਹੰਮੀ ਨਾ ਭਰਨ ਉਹ ਤੋਂ ਵੱਡਾ ਮੁੱਦਾ ਤਾਂ ਇਹ ਹੈ ਨਾ ਜਿਹਦੇ ਤੇ ਬੋਲਣਾ ਮੈਂ ਭਗਵੰਤ ਮਾਨ ਦੀਆਂ ਹੋ ਸਕਦਾ ਬਹੁਤ ਗੱਲਾਂ ਨਾਲ ਸਹਿਮਤ ਨਾ ਹੋਵਾਂ ਲੋਕ ਵੀ ਨਾ ਹੁੰਦੇ ਹੁਣ ਪਰ ਜਿੱਥੇ ਕੋਈ ਸਹੀ ਹੈ ਉੱਥੇ ਤਾਂ ਫਿਰ ਮੋਢੇ ਤੇ ਆਪਣੇ ਘਰ ਦੇ ਨਹੀਂ ਜਦੋਂ ਕੋਈ ਚੰਗਾ ਕੰਮ ਕਰਦੇ ਹੁੰਦੇ ਸੀ ਤੇ ਮੋਢੇ ਤੇ ਹੱਥ ਧਰ ਕੇ ਕਹਿੰਦੇ ਹੁੰਦੇ ਸੀ ਬੱਲਿਆ ਆਹ ਤਾਂ ਕੰਮ ਤੂੰ ਸੂਤ ਕਰਿਆ ਤਾਂ ਹੁਣ ਲੋਕ ਤਾਂ ਪਿੰਡਾਂ ਵਾਲੇ ਇਹੀ ਕਹਣਗੇ ਵੀ ਭਗਵੰਤ ਮਾਨੂ ਵੀ ਬੱਲਿਆ ਆਹ ਕੰਮ ਤਾਂ ਸੂਤ ਆ ਭਰਾਵਾ ਨਾਲ ਤਾਂ ਤੇਰੀ ਐ ਪਰ ਤੂੰ ਵੀ ਕਦੇ-ਕਦੇ ਨਾ ਦਿੱਲੀ ਦਾ ਬਾੜਾ ਮੋਹ ਕਰ ਜਾਂਦਾ ਪੰਜਾਬ ਦਾ ਬਣ ਕੇ ਰਹੇਗਾ ਤਾਂ ਪੰਜਾਬੀ ਵੀ ਤੇਰੇ ਬਣ ਕੇ ਰਹਿਣਗੇ ਧੰਨਵਾਦ ਤਾਂ ਓਵਰঅল ਭਗਵੰਤ ਮਾਨ ਦਾ ਇਹ ਫੈਸਲਾ ਲੋਕਾਂ ਨੂੰ ਤਾਂ ਪਸੰਦ ਆ ਰਿਹਾ ਹੈ ਅੱਜ ਦੀ ਇਸ ਵੀਡੀਓ 'ਚ ਇਨਾਂ ਹੀ ਜੁੜੇ ਰੋ ਅੱਖਰ ਦੇ ਨਾਲ